ਮੁੱਦੇ ਸਾਹਿਬ ਕਿਹੜੇ ਮੁੱਦੇ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਕਿਹੜੇ ਕਿਹੜੇ ਮੇਨ ਮੁੱਦੇ ਤੁਹਾਡੇ ਮੇਰੇ ਮੇਨ ਮੁੱਦੇ ਜਿਹੜੇ ਹੈ ਵਾਰਡ ਦੇ ਵਿੱਚ ਪਿਛਲੇ ਤਕਰੀਬਨ 20 ਸਾਲਾਂ ਤੋਂ ਜੋ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਉਸ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਉਹ ਨਹੀਂ ਹੋਇਆ ਮੈਂ ਜਿੱਦਾਂ ਪਾਣੀ ਦੀ ਜਿਹੜੀ ਸਪਲਾਈ ਹੈ ਉਹਦੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਪਿਛਲੇ 8 ਮਹੀਨਿਆਂ ਤੋਂ ਵਾਰਡ ਦੇ ਵਿੱਚ ਕਈ ਥਾਵਾਂ 'ਤੇ ਜਿਹੜਾ ਹੈ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਅਤੇ ਮੇਰਾ ਸਭ ਤੋਂ ਪਹਿਲਾਂ ਜਿਹੜਾ ਮੇਨ ਮੁੱਦਾ ਹੈ ਕਜੌਲੀ ਵਾਟਰ ਵਰਕਸ ਤੋਂ ਖਰੜ ਵਾਸਤੇ ਇੱਕ ਜਿਹੜੀ ਮੇਨ ਲਾਈਨ ਹੈ ਉਹ ਲਿਆਉਣ ਦਾ ਮੇਨ ਮੁੱਦਾ ਹੈ ਅਤੇ ਚੰਡੀਗੜ੍ਹ ਹਰ ਮੋਹਾਲੀ ਨੂੰ ਕਜੌਲੀ ਵਾਟਰ ਵਰਕਸ ਦਾ ਪਾਣੀ ਮਿਲਦਾ ਹੈ ਜੋ ਲਾਈਨ ਖਰੜ ਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ ਤਾਂ ਖਰੜ ਵਿੱਚ ਕਿਉਂ ਨਹੀਂ ਠੀਕ ਹੈ ਤੁਸੀਂ ਵਾਰਡ 'ਚ ਵਿਚਰਦੇ ਹੋ ਤੁਹਾਨੂੰ ਕੀ ਲੱਗਦਾ ਕਿਹੜੀ ਕਿਹੜੀ ਸਮੱਸਿਆ ਤੁਹਾਨੂੰ ਲੋਕ ਦੱਸਦੇ ਵੀ ਹੱਲ ਹੋਣੀ ਚਾਹੀਦੀ ਵਾਰਡ ਦੇ ਵਿੱਚ ਬੇਸ਼ੁਮਾਰ ਸਮੱਸਿਆ ਜਿਹੜੀਆਂ ਹੈ ਅੱਜ ਦੀ ਡੇਟ 'ਚ ਮਹਿਸੂਸ ਕਰਨ ਨੂੰ ਮਿਲਦੀਆਂ ਜਿਵੇਂ ਕੋਈ ਸਰਕਾਰੀ ਮੁਲਾਜ਼ਮ ਹੈ ਉਹ ਛੁੱਟੀ ਲੈ ਕੇ ਕੋਈ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਕਰਾਉਣ ਜਾਂਦਾ ਹੈ ਜਦ ਕੋਈ ਕਿਸੇ ਵਜ੍ਹਾ ਨਾਲ ਕੋਈ ਅਫਸਰ ਉਹਨੂੰ ਨਹੀਂ ਮਿਲਦੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵੀ ਜਿਹੜੀ ਮੇਰੀ ਅੱਜ ਦੀ ਛੁੱਟੀ ਸੀ ਉਹ ਬੇਕਾਰ ਹੋ ਗਈ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਮੈਂ ਆਪਣੇ ਵਾਰਡ ਦੇ ਵਿੱਚ ਇੱਕ ਦਫ਼ਤਰ ਖੋਲ੍ਹਣ ਜਾ ਰਿਹਾ ਜਿਸ ਤੋਂ ਜਿਹੜੀ ਵੀ ਹੈ ਕੋਈ ਵਿਧਵਾ ਪੈਨਸ਼ਨ ਹੈ ਕੋਈ ਪਾਣੀ ਦਾ ਬਿੱਲ ਹੈ ਕੋਈ ਸੀਵਰੇਜ ਦਾ ਬਿੱਲ ਹੈ ਕੋਈ ਬਿਜਲੀ ਦਾ ਬਿੱਲ ਹੈ ਕੋਈ NOC ਚਾਹੀਦੀ ਹੈ ਮਤਲਬ ਜਿਹੜੇ ਵੀ ਸਰਕਾਰੀ ਕੰਮ ਹੈ ਉਹ ਜਿਹੜੇ ਹੈ ਮੇਰੇ ਦਫ਼ਤਰ ਤੋਂ ਜੋ ਹੈ ਮੈਂ ਜਾਰੀ ਕਰਾਉਣ ਜਾ ਰਿਹਾ ਤੁਸੀਂ ਵਾਰਡ ਵਾਸੀਆਂ ਤੋਂ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਵਾਰਡ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਕੈਂਡੀਡੇਟ ਤੁਸੀਂ ਆਲਰੇਡੀ ਵਰਤ ਚੁੱਕੇ ਹੋ ਉਹਨਾਂ ਦਾ ਕਿਰਦਾਰ ਦੇਖ ਕੇ ਔਰ ਨਵੇਂ ਚਿਹਰੇ ਦਾ ਨਵੇਂ ਕਿਰਦਾਰ ਦੇਖ ਕੇ ਮੇਰੇ ਜੋ ਹੈ ਮੈਂ ਖਰੜ ਦੇ ਵਿੱਚ ਦਾ ਜੰਮਪਲ ਹਾਂ ਲਾਲਾ ਚਰਨ ਦਾਸ ਦਾ ਪੋਤਾ ਹਾਂ ਸਰਵਣ ਕੁਮਾਰ ਜੈਨ ਦਾ ਪੁੱਤਰ ਹਾਂ ਅਤੇ ਵਨੀਤ ਜੈਨ ਬਿੱਟੂ ਮੇਰਾ ਨਾਂ ਹੈ ਮੈਂ ਪਿਛਲੇ 10 ਸਾਲਾਂ ਤੋਂ ਆਪਣੇ ਵਾਰਡ ਦੇ ਵਿੱਚ ਵਿਚਰਦਾ ਰਿਹਾ ਅੱਗੇ ਨੂੰ ਵੀ ਵਿਚਰਦਾ ਹੀ ਰਹਾਂਗਾ ਮੈਂ ਆਪ ਜੀ ਨੂੰ ਮਤਲਬ ਸਮੂਹ ਵੋਟਰਾਂ ਨੂੰ ਇਹ ਅਪੀਲ ਵੀ ਕਰਨੀ ਚਾਹੁੰਦਾ ਹੈ ਵੀ ਹਰੇਕ ਕੈਂਡੀਡੇਟ ਨਾਲ ਤੁਲਨਾ ਕਰਕੇ ਬਿਨਾਂ ਕਿਸੇ ਦਬਾਅ ਤੋਂ ਆਪਣਾ ਜਿਹੜਾ ਚੁਣਾਵ ਹੈ ਉਹ ਆਪਣਾ ਕੈਂਡੀਡੇਟ ਜਿਹੜਾ ਚੁਣਨਾ ਹੈ ਕੌਂਸਲਰ ਚੁਣਨਾ ਹੈ ਉਹ ਚੁਣਨ ਹਾਂਜੀ ਜੈਨ ਸਾਹਿਬ ਤੁਸੀਂ ਵਾਰਡ 'ਚ ਵਿਚ ਰਹੇ ਹੋ ਤੁਹਾਨੂੰ ਕੀ ਪ੍ਰੋਬਲਮਸ ਲੋਕ ਦੱਸ ਰਹੇ ਨੇ ਕਿਹੜੀ ਕਿਹੜੀ ਸਮੱਸਿਆ ਹੈ ਤੁਸੀਂ ਹੱਲ ਕਰਵਾਓਗੇ ਵਾਰਡ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਡੀਕਲ ਦੀ ਸੁਵਿਧਾ ਬਹੁਤ ਕੋਈ ਮਤਲਬ ਨਾ ਹੈ ਨਹੀਂ ਇੱਕ ਤਰ੍ਹਾਂ ਦੀ ਮੈਂ ਵਾਰਡ ਵਾਸੀਆਂ ਨੂੰ ਇਸ ਗੱਲ ਦਾ ਆਸ਼ਵਾਸਨ ਦੇਣਾ ਚਾਹੁੰਦਾ ਕਿ ਮੈਂ ਆਪਣੇ ਵਾਰਡ ਦੇ ਵਿੱਚ ਹਰ ਮਹੀਨੇ ਇੱਕ ਮੁਫਤ ਮੈਡੀਕਲ ਕੈਂਪ ਲਗਾਉਂਗਾ ਉਸ ਤੋਂ ਬਾਅਦ ਜਿੱਦਾਂ ਮੈਂ ਮਹਿਸੂਸ ਕਰਦਾ ਹਾਂ ਸਾਡਾ ਜਿਹੜਾ ਖਰੜ ਸ਼ਹਿਰ ਹੈ ਉਹ ਇੱਕ ਪੱਥਰਾਂ ਦਾ ਸ਼ਹਿਰ ਬਣਦਾ ਜਾ ਰਿਹਾ ਜਿਸ ਦੇ ਵਿੱਚ ਗ੍ਰੀਨਰੀ ਦਾ ਦੂਰ ਦੂਰ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਹੈ ਮੈਂ ਜਿਹੜੇ ਆਪਣੇ ਜਿੱਥੇ ਏਰੀਏ ਬਣਦੇ ਹਾਂ ਜਿੱਥੇ ਸਹੂਲਤ ਮਹਿਸੂਸ ਕਰੀ ਜ਼ਰੂਰਤ ਮਹਿਸੂਸ ਕਰੀ ਉੱਥੇ ਆਪਾਂ ਉੱਥੇ ਗ੍ਰੀਨਰੀ ਦਾ ਸਿਸਟਮ ਅਡੋਪਟ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਤੋਂ ਇਲਾਵਾ ਜਿਹੜੀਆਂ ਵਾਰਡ ਦੇ ਵਿੱਚ ਆਮ ਪਬਲਿਕ ਨੂੰ ਜ਼ਰੂਰਤਾਂ ਮਹਿਸੂਸ ਕਰਦੇ ਹਾਂ ਉਹਨਾਂ ਨੂੰ ਮੈਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਇੱਕ ਵਾਅਦਾ ਕਰਦਾ ਸੁਣਨੇ ਚਾਹੇ ਤੁਸੀਂ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕਰ ਰਹੇ ਹੋ ਮੈਂ ਜ਼ਰੂਰ 24 ਘੰਟੇ 24x7 ਹੈਲਪਲਾਈਨ ਨੰਬਰ ਜਾਰੀ ਕੀਤਾ ਜਾਏਗਾ ਉਸ ਦੇ ਵਿੱਚ ਜਿਹੜੀ ਵਾਰਡ ਦੀਆਂ ਜੋ ਵੀ ਸਮੱਸਿਆ ਹੈ ਮੈਂ ਉਸਨੂੰ ਆਪਣੀ ਸਮੱਸਿਆ ਸਮਝ ਕੇ ਪਹਿਲ ਦੇ ਆਧਾਰ 'ਤੇ ਹੱਲ ਕਰਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਆਪਣੇ ਵਾਰਡ ਨੰਬਰ 22 ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਉਣ ਵਾਲੀ 14 ਫਰਵਰੀ 2021 ਦਿਨ ਐਤਵਾਰ ਨੂੰ ਆਪਣੇ ਭਰਾ ਆਪਣੇ ਬੱਚੇ ਵਨੀਤ ਜੈਨ ਬਿੱਟੂ ਨੂੰ ਆਪਣਾ ਇੱਕ ਹੀ ਕੀਮਤੀ ਵੋਟ ਪਾ ਕੇ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਬੰਸਰੀ ਦਾ ਬਟਨ ਦਬਾ ਕੇ ਆਪਣੇ ਭਰਾ ਨੂੰ ਕਾਮਯਾਬ ਬਣਾਓ ਜਿਸ ਦੇ ਨਾਲ ਕਿ ਆਪ ਜੀ ਦੇ ਵਾਰਡ ਦੀ ਤਰੱਕੀ ਖੁਸ਼ਹਾਲੀ ਅਤੇ ਤੰਦਰੁਸਤੀ ਵਾਲਾ ਭਰਿਆ ਵਾਰਡ ਬਣ ਸਕੇ ਮੈਂ ਆਪ ਜੀ ਨੂੰ ਫਿਰ ਪੁਰਜ਼ੋਰ ਅਪੀਲ ਕਰਨੀ ਚਾਹੁੰਦਾ ਕਿ ਆਪਣਾ ਇੱਕ ਹੀ ਕੀਮਤੀ ਵੋਟ ਪਾਓ ਔਰ ਮੈਂ ਆਪ ਜੀ ਨੂੰ ਇਸ ਗੱਲ ਦਾ ਆਸ਼ਵਾਸਨ ਵੀ ਦੇਣਾ ਚਾਹੁੰਦਾ ਹਾਂ ਕਿ ਮੈਂ 5 ਸਾਲ ਆਪਣੇ ਵਾਰਡ ਵਿੱਚ ਹੀ ਰਹਾਂਗਾ ਆਪਣੇ ਵਾਰਡ ਵਿੱਚ ਰਹਿ ਕੇ ਹੀ ਵਿਕਾਸ ਦੇ ਕੰਮ ਕਰਵਾਵਾਂਗਾ ਅਤੇ ਮੈਂ ਆਪ ਜੀ ਨੂੰ ਇੱਕ ਗੱਲ ਦਾ ਹੋਰ ਆਸ਼ਵਾਸਨ ਦੇਣਾ ਚਾਹੁੰਦਾ ਹਾਂ ਕਿ ਆਪ ਜੀ ਵੱਲੋਂ ਕੀਤੇ ਗਏ ਕਿਸੇ ਵੀ ਕੰਮ ਲਈ ਹੁਕਮ ਜੋ ਜਾਰੀ ਕਰੋਗੇ ਮੇਰੇ ਅੱਗੇ ਹੱਥ ਜੋੜਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਪਏਗੀ ਮੈਂ ਇਲੈਕਸ਼ਨ ਜਿੱਤਣ ਤੋਂ ਬਾਅਦ ਆਪ ਦਾ ਜੋ ਅੱਜ ਭਰਾ ਹਾਂ ਜੋ ਮੈਨੂੰ ਭਰਾ ਵੀਰ ਕਹੇ ਬਿੱਟੂ ਕਹੇ ਮੈਂ ਉਹਨਾਂ ਵਾਸਤੇ ਉਹੀ ਹਾਂ ਮੈਂ ਮਤਲਬ ਕਿਸੇ ਕਿਸਮ ਦੀ ਵੀ ਆਪਣੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਵਾਰਡ ਦੇ ਮੈਂਬਰ ਦਾ ਕੰਮਕਾਰ ਜੋ ਹੈ ਉਹ ਸੁਚੱਜੇ ਢੰਗ ਨਾਲ ਕਰਨ ਦਾ ਪੂਰਾ ਵਿਸ਼ਵਾਸ ਦਵਾਉਂਦਾ ਹਾਂ ਅਤੇ ਆਪ ਜੀ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਹਾਂ ਕਿ 14 ਫਰਵਰੀ ਨੂੰ ਆਪ ਚੋਣ ਨਿਸ਼ਾਨ ਬੰਸਰੀ ਦਾ ਬਟਨ ਦਬਾ ਕੇ ਆਪਣੇ ਭਰਾ ਨੂੰ ਵੋਟਾਂ 'ਚ ਜਿਤਾਓ ਤਾਂ ਕਿ ਨਗਰ ਕੌਂਸਲ ਪਹੁੰਚ ਕੇ ਆਪ ਜੀ ਦੀ ਸੁਣਵਾਈ ਕਰਵਾ ਸਕਾਂ